ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ। ਸੰਗਤ ਜੀ, ਅਸੀਂ ਹਾਂ ਐਲਬਿਊਰੀ ਨਾਂ ਦੇ ਸ਼ਹਿਰ, ਜੋ ਕਿ ਠੀਕ ਮੈਲਬਰਨ ਤੋਂ 355 ਕਿਲੋਮੀਟਰ ਦੂਰ ਸਿਡਨੀ ਵੱਲ ਪੈਂਦਾ। ਇਤਨਾ ਖੂਬਸੂਰਤ ਹੈ ਸ਼ਹਿਰ। ਦੇਖਣ ਵਾਲਿਆਂ ਨੂੰ ਮੈਂ ਦੱਸ ਦੇਵਾਂ ਕਿ ਆਸਟ੍ਰੇਲੀਆ ਦੇ ਵਿੱਚ ਵਿੰਟਰ ਸਟਾਰਟ ਹੋ ਚੁੱਕੀ ਹੈ ਅਤੇ ਪੁਰਾਣੇ ਪੱਤੇ ਝੜ ਰਹੇ ਨੇ। ਆਹ ਦੇਖੋ ਜੀ, ਇਤਨਾ ਖੂਬਸੂਰਤ ਰੋਡ, ਇਤਨਾ ਮਨਮੋਹਕ ਦ੍ਰਿਸ਼ ਕਿ ਇੱਕ ਕਵਿਤਾ ਜਾਂ ਪੋਇਮ ਲਿਖਣ ਨੂੰ ਚਿੱਤ ਕਰਦਾ। ਜਿਹੜਾ ਵੀ ਸਾਡਾ ਵੀਰ ਕੋਈ ਕਵੀ ਚਾਹਵਾਨ ਆ ਕੇ ਇਸ ਸ਼ਹਿਰ ਵਿੱਚ ਆਪਣੀ ਕਵਿਤਾ ਲਿਖ ਸਕਦਾ ਜੀ। ਮੇਰੇ ਕੋਲ ਇਸ ਸੁੰਦਰ ਨਜ਼ਾਰੇ ਨੂੰ ਵਰਣਨ ਕਰਨ ਵਾਸਤੇ ਸ਼ਬਦ ਨਹੀਂ ਹੈ ਜੀ। ਜੇ ਕੋਈ ਸਰੋਤਾ ਜਿਹਦੇ ਕੋਲ ਸ਼ਬਦਾਂ ਦਾ ਭੰਡਾਰ ਹੈ, ਉਹ ਪਲੀਜ਼ ਉਪਰਾਲਾ ਕਰੇ। ਇੱਕ ਕਾਰ ਆ ਰਹੀ ਹੈ, ਲਓ ਜੀ ਸਰਾਊਂਡਿੰਗਸ ਨੇ। ਇੱਕ ਵਾਰ ਫਿਰ ਜੀ, ਅੰਗਰੇਜ਼ ਲੋਕਾਂ ਦੀ ਸਾਨੂੰ ਦਾਤ ਦੇਣੀ ਪੈਣੀ ਹੈ ਕਿ ਇਹ ਵਾਤਾਵਰਨ ਦੀ ਸਫਾਈ ਅਤੇ ਖੂਬਸੂਰਤੀ ਲਈ ਐਡੀ ਚੋਟੀ ਦਾ ਜ਼ੋਰ ਲਾ ਦਿੰਦੇ ਨੇ। ਅੱਜ ਇੱਕ ਪਲੇਗਰਾਊਂਡ ਹੈ, ਇੰਝ ਫੀਲ ਹੋ ਰਿਹਾ ਕਿ ਦਾਸ ਜਿਵੇਂ ਕੈਨੇਡਾ ਦੇ ਕਿਸੇ ਸ਼ਹਿਰ ਵਿੱਚ ਵਿਚਰਨ ਕਰ ਰਿਹਾ ਹੋਵੇ। ਥੈਂਕ ਯੂ। ਥੋੜ੍ਹੀ ਦੇਰ ਬਾਅਦ ਇੱਕ ਨਵੀਂ ਵੀਡੀਓ ਨਾਲ। ਆਈ ਐਮ ਰਨਿੰਗ ਆਲ ਦ ਵੇ ਟੂ ਸਿਡਨੀ, ਇਟਸ ਗੈਟਿੰਗ ਲਾਈਟ। ਥੈਂਕ ਯੂ ਸੋ ਮਚ।